ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ ਜੀ। ਮੈਂ ਅੱਜ ਮੌਜੂਦ ਹਾਂ, ਪਿੰਡ ਦਾ ਨਾਂ ਹੈ ਚੱਕ ਲਾਦੀਆਂ, ਥਾਣਾ ਭੁੰਗਾ, ਜ਼ਿਲ੍ਹਾ ਹੁਸ਼ਿਆਰਪੁਰ। ਲੱਗਾ ਹੋਇਆ ਸਾਈਨ ਬੋਰਡ ਚੱਕ ਲਾਦੀਆਂ। ਵੰਡ 1947 ਤੋਂ ਪਹਿਲਾਂ ਇਹ ਪਿੰਡ ਵੀ ਗੁੱਜਰ ਮੁਸਲਮਾਨਾਂ ਦਾ ਹੋਇਆ ਕਰਦਾ ਸੀ ਅਤੇ ਇੱਥੇ ਦੇ ਗੁੱਜਰ ਮੁਸਲਮਾਨ ਪਿੰਡ ਮਸਤੀਵਾਲ ਦੇ ਗੁੱਜਰ ਮੁਸਲਮਾਨਾਂ ਨਾਲ ਆਪਸ ਵਿੱਚ ਰਿਸ਼ਤੇਦਾਰੀਆਂ ਸਨ ਅਤੇ ਸ਼ੇਕਾ ਭਾਈਚਾਰਾ ਸੀ। ਅਤੇ ਇੱਥੋਂ ਮਸਤੀਵਾਲ ਬਹੁਤਾ ਦੂਰ ਨਹੀਂ ਹੈ ਅਤੇ ਇਸ ਵਕਤ ਮੈਂ ਤੁਹਾਨੂੰ ਵਿਊ ਵਿਖਾ ਰਿਹਾ ਪਿੰਡ ਚੱਕਲਾਦੀਆਂ ਦਾ। ਚੱਕਲਾਦੀਆਂ ਸਭ ਕੁਛ ਬਦਲ ਗਿਆ ਹੈ, ਪੁਰਾਣੇ ਘਰ ਨਹੀਂ ਰਹੇ ਹਨ ਅਤੇ ਨਾ ਕੋਈ ਇੱਥੇ ਕੋਈ ਬਜ਼ੁਰਗ ਮਿਲਿਆ ਹੈ ਪੁਰਾਣਾ, ਇਸ ਪਿੰਡ ਦੀ ਪੁਰਾਣੀ ਬਾਤ ਦੱਸਣ ਵਾਲਾ, ਕਿਉਂਕਿ ਇਹ ਪਿੰਡ ਵੀ 1947 ਵੇਲੇ ਬੜਾ ਮਸ਼ਹੂਰ ਰਿਹਾ ਹੈ। ਅਤੇ ਮਸਤੀਵਾਲ ਪਿੰਡ ਦੀ ਲੜਾਈ ਵਿੱਚ ਇਸ ਪਿੰਡ ਦੇ ਮੁਸਲਮਾਨ ਗੁੱਜਰ ਵੀ ਸ਼ਾਮਿਲ ਰਹੇ ਦੱਸੇ ਜਾਂਦੇ ਹਨ। ਅਤੇ ਉਸ ਸਿਲਸਿਲੇ 'ਚ ਆਇਆ ਸਮਾਂ, ਲੇਕਿਨ ਇੱਥੇ ਹੁਣ ਕੋਈ ਬਜ਼ੁਰਗ ਪੁਰਾਣਾ ਨਹੀਂ ਮਿਲਿਆ। ਅਤੇ ਇਹ ਜਿਹੜੀ ਗਲੀ ਹੈ, ਦੱਖਣ ਸਾਈਡ ਹੈ ਪਿੰਡ ਦੇ, ਵੱਡੀ ਗਲੀ, ਅਤੇ ਇਸੇ ਗਲੀ ਉੱਤੇ ਹੁੰਦੀ ਸੀ ਮਸੀਦ, ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਬਣਿਆ ਨਜ਼ਰ ਆ ਰਿਹਾ ਹੈ। ਲੇਕਿਨ ਪੁਰਾਣੀ ਮਸੀਦ ਦੀਆਂ ਕੁਛ ਨਿਸ਼ਾਨੀਆਂ ਅੱਜ ਵੀ ਮੌਜੂਦ ਨੇ, ਆਓ ਤੁਹਾਨੂੰ ਵਿਖਾਉਂਦੇ ਹਾਂ ਕੀ ਨਿਸ਼ਾਨੀ ਬਚ ਗਈ ਹੈ। ਲੇਕਿਨ ਇਹ ਜਿਹੜੀ ਮੇਨ ਮਸੀਦ ਦੀ ਬਿਲਡਿੰਗ ਸੀ, ਉਹਦੀ ਜਗ੍ਹਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਨਜ਼ਰ ਆ ਰਿਹਾ ਹੈ। ਲੇਕਿਨ ਇਹ ਮਸਜਿਦ ਦੇ ਨਾਲ ਵਾਲੇ ਕਮਰਿਆਂ ਦੀ ਇੱਕ ਸ਼ਾਖਾ ਦੀ ਲੜੀ ਦੀ ਇੱਕ ਥੋੜ੍ਹੀ ਜਿਹੀ ਦੀਵਾਰ ਔਰ ਛੱਤ ਬਚੀ ਹੋਈ ਨਜ਼ਰ ਆ ਰਹੀ ਹੈ। ਇਹ ਦੇਖੋ ਡਾਟਾਂ ਉਸ ਪੁਰਾਣੇ ਬਰਾਂਡੇ ਦੀਆਂ, 1, 2, 3, 4, 5 ਨੇ, ਅਤੇ ਇਹ ਦੀਵਾਰ ਪੁਰਾਣੀ। ਪੁਰਾਣੀ ਮਸੀਦ ਦੀ ਇਹੋ ਨਿਸ਼ਾਨੀ ਹੁਣ ਬਚਦੀ ਹੈ, ਬਾਕੀ ਸਭ ਖਤਮ ਹੋ ਚੁੱਕੀਆਂ ਹਨ। ਅਤੇ ਇਹ ਵੱਡਾ ਸਾਰਾ ਬਰਾਂਡਾ, ਨਵੀਂ ਬਿਲਡਿੰਗ ਤਮੀਰ ਕੀਤੀ ਗਈ ਹੈ ਔਰ ਇਹਦੇ ਹੇਠਾਂ ਇਹ ਰਹਿ ਗਈ ਹੈ ਪੁਰਾਣੀ ਨਿਸ਼ਾਨੀ, ਉੱਤੇ ਇਹਨੂੰ ਛਾਪਿਆ ਗਿਆ ਹੈ। ਇਹ ਆ ਗਈ ਜੀ ਪਿੰਡ ਦੀ ਹੋਰ ਪੁਰਾਣੀ ਨਿਸ਼ਾਨੀ, ਪਿੰਡ ਦਾ ਪੁਰਾਣਾ ਖੂਹ। ਇਹ ਖੂਹ ਬਿਲਕੁਲ ਬੈਕ ਸਾਈਡ ਮਸਜਿਦ ਦੇ ਔਰ ਮਸਜਿਦ ਦੇ ਨੇੜੇ ਇਹ ਖੁੱਲ੍ਹੀ ਥਾਂ 'ਤੇ ਅੱਜ ਵੀ ਮੌਜੂਦ ਹੈ। ਪੱਥਰ ਦੀਆਂ ਸਲੈਬਾਂ ਦਾ ਬਣਿਆ ਹੋਇਆ ਇਹ ਖੂਹ, ਪੁਰਾਤਨ ਖੂਹ। 1947 ਦੀ ਬਸ ਇੱਕ ਇਹ ਯਾਦ, ਇਹ ਨਿਸ਼ਾਨੀ ਬੱਚੇ ਤੋਂ ਬਾਅਦ ਰਹਿ ਗਈ ਹੈ ਪਿੰਡ ਵਿੱਚ। ਅਤੇ ਇੱਧਰ ਗੁਰਦੁਆਰਾ ਸਾਹਿਬ ਜਿੱਥੇ ਮਸਜਿਦ ਹੁੰਦੀ ਸੀ, ਔਰ ਇਹ ਪੁਰਾਣਾ ਇੱਕ ਪਿੱਪਲ ਦਾ ਰੁੱਖ, ਇਹ ਵੀ ਨਿਸ਼ਾਨੀ ਪੁਰਾਣੀ ਹੈ, ਇਹ ਵੀ ਤੁਹਾਨੂੰ ਵਿਖਾਉਂਦੇ ਹਾਂ।
ਕਿਤੇ ਇੱਥੇ ਚੜ੍ਹਦੇ ਹੋਣਗੇ ਮੁਸਲਮਾਨ ਹੈ ਹੋਰ। ਇਹ ਹੈ ਜੀ ਪਿੱਪਲ ਪੁਰਾਣਾ 147 ਦੀ ਨਿਸ਼ਾਨੀ। ਉਸ ਤੋਂ ਵੀ ਕਾਫੀ ਦੇਰ ਦਾ ਪਹਿਲਾਂ ਪੁਰਾਣਾ ਪਿੱਪਲ ਸੀ ਅਤੇ ਬਿਲਕੁਲ ਇੱਧਰ ਮਸੀਦ ਸੀ, ਮਸੀਦ ਦੇ ਬੈਕ ਸਾਈਡ। ਅਤੇ ਆਹ ਦੇਖੋ ਮਸੀਦ ਦੀ ਬਚੀ ਹੋਈ ਦੀਵਾਰ ਜਿਹੜੀ ਹੈ, ਉਸਦਾ ਪਿਛਲਾ ਪਾਸਾ ਪੁਰਾਣੀਆਂ ਇੱਟਾਂ ਦੀ ਚਿਨਾਈ, ਇਹ ਸਾਰੀ ਜਿਹੜੀ ਹੈ ਮਸੀਦ ਦੀ ਬਿਲਡਿੰਗ ਸੀ ਇੱਥੇ। ਅਤੇ ਪਿੰਡ ਦੇ ਪਹਾੜ ਵੱਲ ਤੁਹਾਨੂੰ ਲੈ ਕੇ ਆਇਆ, ਇਹ ਸੀ ਪਿੰਡ ਦਾ ਮੇਨ ਛੱਪੜ, ਵੱਡਾ ਸਾਰਾ ਛੱਪੜ। ਅਤੇ ਇੱਥੇ ਕਦੀ ਪਾਣੀ ਲਿਆ ਹੁੰਦਾ ਸੀ ਅਤੇ ਇੱਥੇ ਦਰਬਾਰ ਬਣਿਆ ਹੋਇਆ ਪੀਰ ਦਾ। ਆ ਜਾਓ ਇੱਥੇ ਮੇਲਾ ਲਾਉਂਦੇ ਇੱਥੇ। ਅੱਛਾ ਵੀਰਵਾਰ ਨੂੰ ਲੰਗਰ। ਅੱਛਾ ਅੱਛਾ ਹਰ ਵੀਰਵਾਰ ਨੂੰ? ਨਹੀਂ, ਯਾਨੀ ਸਾਲ ਦੇ ਵਿੱਚ 8-10 ਲੰਗਰ ਹੋ ਜਾਂਦੇ ਜਿਹਦੀ ਆਪਣੀ ਸ਼ਰਧਾ। ਅੱਛਾ ਜੀ, ਅਤੇ ਪੀਰ ਬਾਬਾ ਦਾਦੂ ਖਾਨ ਜੀ। ਪਹਿਲਾਂ ਇੱਥੇ ਕਬਰੀ ਹੋਣੀ ਹੈ, ਇਹ ਹੋਣੀ ਬਣਾਈ ਬਿਲਡਿੰਗ ਹੈ ਨਾ, ਨਵੀਂ ਬਿਲਡਿੰਗ ਬਣਾਈ। ਇਹ ਜ਼ਮੀਨ ਹੈ ਚੱਕਲਾ ਦੀਆਂ ਸਾਰੀ, ਹਾਂਜੀ। ਪਾਣੀ ਡੈਮ ਤੋਂ ਲੱਗਦਾ? ਪਾਣੀ ਡੈਮ ਬੋਰ ਵੀ ਹੈ ਸਰਕਾਰੀ। ਅੱਛਾ ਜੀ, ਬੋਰ ਵੀ ਹੈ ਸਰਕਾਰੀ ਬੋਰ ਵੀ, 3-4 ਹੈ ਪਿੰਡ। ਅੱਛਾ ਆ ਜਾਓ। ਅਤੇ ਇੱਥੇ ਅੰਬ ਪੁਰਾਣਾ ਕਿਹੜਾ? ਉਹ ਸਾਹਮਣੇ ਅੰਬ। ਅੱਛਾ ਸਾਹਮਣੇ ਪੁਰਾਣਾ, ਪਾਕਿਸਤਾਨ ਬਣਨ ਤੋਂ ਪਹਿਲਾਂ ਦਾ, ਹਾਂਜੀ। ਪਾਕਿਸਤਾਨ ਮੁਸਲਮਾਨ ਹੱਥਾਂ ਲੱਗਾ ਹੋਇਆ? ਹਾਂ, ਉਹਨਾਂ ਦੇ ਹੱਥਾਂ ਦਾ। ਅੱਛਾ ਇਹ ਸਾਹਮਣੇ? ਅਤੇ ਇਹ ਤੁਹਾਡੇ ਸੰਭਾਲ ਛੱਪੜ ਭਰਿਆ ਰਹਿੰਦਾ ਹੁੰਦਾ ਸੀ? ਹਾਂ, ਸਾਡੇ ਅਸੀਂ ਇਹਦਾ ਡੈਮ ਵਾਲਾ ਪਾਣੀ ਉੱਥੋਂ ਚੱਕ ਕੇ ਲਿਆ ਕੇ ਨਾ ਇਹਦੇ 'ਚ ਭਰਦੇ ਸੀ ਰਾਤੋਂ ਰਾਤ। ਅੱਛਾ ਜੀ, ਭਰ ਜਾਂਦਾ ਸੀ, 3-4 ਦਿਨ ਭਰ ਦਿੰਦੇ। ਹੁਣ ਆਮ ਪਾਣੀ ਹੋ ਗਿਆ, ਇਸ ਕਰਕੇ ਇਹਦੀ ਜ਼ਰੂਰਤ ਨਹੀਂ ਪਈ। ਇਹ ਹੈ ਪੁਰਾਣਾ ਅੰਬਾ ਰੁੱਖ।
ਤੇ ਜ਼ਮੀਨ ਨੂੰ ਪਾਣੀ ਡੈਮ ਦਾ ਹੀ ਲੱਗਦਾ ਸਾਰੀ ਡੈਮ ਦਾ ਔਰ ਚਾਰ ਸਰਕਾਰੀ ਬੋਰ ਵਿੱਚ। ਵਾਹ ਜੀ ਵਾਹ। ਇੱਕ ਦਰਬਾਰ ਆ ਉਹ ਲੱਗਦਾ ਪੀਰ ਦਾ ਛੋਟਾ ਜਿਹਾ, ਉਹ ਵੀ ਛੋਟਾ, ਉੱਥੇ ਕੱਲ੍ਹ ਲੰਗਰ ਹੋ ਗਏ। ਅੱਛਾ, ਉੱਥੇ ਵੀ ਲੰਗਰ ਹੁੰਦੇ, ਇੱਥੇ ਵੀ ਹੁੰਦੇ। ਠੀਕ ਹੈ। ਇਹ ਵੀ ਇੱਕ ਦਰਬਾਰ, ਹੋਰ ਵੀ ਹੈ ਕੋਈ ਦਰਬਾਰ ਪੀਰ ਦਾ? ਨਹੀਂ, ਪੀਰ ਦਾ ਉੱਦਾਂ ਪਿੰਡ 'ਚ ਹੈਗੇ, ਪਿੰਡ 'ਚ ਹੈ, ਪਿੰਡ 'ਚ ਪੀਰ ਬਾਬੇ ਦਾ ਮੰਦਰ ਹੈ। ਠੀਕ। ਇੱਕ ਇਹ ਹੈ ਜੀ ਪੁਰਾਣੀ ਬੋਰਡ, ਸੰਤਾਲੀ ਦੇ ਵੇਲੇ ਦੀ, ਸੰਤਾਲੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ। ਅਤੇ ਪਿੰਡ ਦੇ ਲਹਿੰਦੇ ਪਾਸਿਓਂ ਪਿੰਡ ਦਾ ਵਿਊ, ਲਹਿੰਦੇ ਪਾਸੇ ਵਾਲੀ ਮੇਨ ਗਲੀ, ਇਹ ਹੈ ਪਿੰਡ ਚੱਕ ਲੱਦੀਆਂ ਦਾ ਲਹਿੰਦਾ ਪਾਸਾ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੈ? ਠੀਕ। ਤੁਹਾਡਾ ਨਾਂ ਕੀ ਹੈ ਜੀ? ਵਿਨਾਸ਼ ਜੀ ਦਾਸ। ਤੁਸੀਂ ਇਸੇ ਪਿੰਡ ਦੇ ਜੱਦੀ ਪੁੱਛੀ ਰਹਿਣ ਵਾਲੇ ਹੋ? ਹਾਂਜੀ। ਸ਼ੁਰੂ ਤੋਂ ਹੀ? ਸ਼ੁਰੂ ਤੋਂ ਇੱਥੇ ਹੀ ਰਹਿਣ ਵਾਲੇ। ਜਦੋਂ ਪਾਕਿਸਤਾਨ ਬਣਿਆ ਉਹਦੀ ਸੰਭਾਲ ਆ ਤੁਹਾਨੂੰ? ਸੰਭਾਲ ਘੱਟ ਹੀ ਹੈ ਇੱਕ, ਲੋਕਾਂ ਦੀਆਂ ਗੱਲਾਂ ਸੁਣਦੇ ਹੁੰਦੇ ਵੀ ਪਾਕਿਸਤਾਨ ਤਾਂ ਹਿੰਦੁਸਤਾਨ ਬਣ ਗਿਆ। ਠੀਕ ਹੈ। ਕਿੰਨੇ ਸਾਲ ਦੇ ਸੀ ਉਦੋਂ ਤੁਸੀਂ? ਮੇਰੇ ਘਰ 6-7 ਸਾਲਾਂ ਦਾ ਹੀ ਹੋਣਾ। ਥੋੜ੍ਹੀ ਥੋੜ੍ਹੀ ਸੰਭਾਲ ਹੈ। ਤੁਹਾਡੇ ਪਿਤਾ ਜੀ ਕੀ ਨਾਂ ਸੀ? ਸਾਡੇ ਪਿਤਾ ਦਾ ਨਾਂ ਸੀਗਾ ਸਰਦਾ ਰਾਮ। ਸਰਦਾ ਰਾਮ, ਠੀਕ ਹੈ। ਅਤੇ ਕਿਹੜੀ ਬਰਾਦਰੀ ਆਪਣੀ? ਆ ਧਰਮੀ। ਅੱਛਾ, ਆ ਧਰਮੀਆਂ ਦੇ ਘਰ। ਕਿੰਨੇ ਘਰ ਸਾ ਧਰਮੀਆਂ ਦੇ ਉਦੋਂ? ਸਾਡੇ ਘਰ ਹੋਣਾ ਮੇਰਾ ਘਰ ਘੱਟ ਤੋਂ ਘੱਟ ਤਾਂ 150 ਘਰ ਹੋਣਾ। ਹੁਣ ਉਦੋਂ ਕਿੰਨੇ ਸਨ? ਉਦੋਂ ਤਾਂ ਸਾਰੇ 20-25 ਸੀਗੇ। ਕੀ ਨਾਂ ਸੀ ਤੁਹਾਡੇ ਆ ਧਰਮੀਆਂ ਦੇ ਬਜ਼ੁਰਗਾਂ ਦੇ? ਬਜ਼ੁਰਗਾਂ ਦੇ ਨਾਂ ਕਿਸੇ ਦਾ ਨਾਂ ਸੀਗਾ ਸੁੰਦਰ, ਕਿਸੇ ਦਾ ਨਾਂ ਸੀ ਖੁਸ਼ੀਆ, ਅੱਛਾ ਜੀ, ਕਿਸੇ ਦਾ ਨਾਂ ਸੀ ਬੰਤਾ, ਕਿਸੇ ਦਾ ਨਾਂ ਸੀ ਮੱਗਰ। ਠੀਕ ਹੈ। ਇੱਕ ਉਹਦਾ ਭਰਾ ਹੁੰਦਾ ਸੀਗਾ ਮੱਗਰ, ਇੱਕ ਉਹਦਾ ਭਰਾ ਸੀਗਾ ਉਹਨੂੰ ਮੈਨੂੰ ਵੀ ਨਾਂ ਪੁੱਛ ਲਿਆ। ਅੱਛਾ, ਚਲੋ। ਜਿਹੜੇ ਮੁਸਲਮਾਨ ਸਨ ਕੋਈ ਨਾਂ ਚਿੱਤੇ ਉਹਨਾਂ ਦੇ? ਬਾਕੀ ਲੰਬੜਦਾਰ ਦਾ ਪਤਾ ਹੁੰਦਾ, ਬਾਕੀ ਦੇ ਬੰਦਿਆਂ ਨਾਲ ਪਤਾ ਹੁੰਦਾ। ਠੀਕ ਹੈ। ਉਦੋਂ ਕਿੰਨੇ ਘਰ ਸਨ ਮੁਸਲਮਾਨਾਂ ਦੇ? ਉਹਨਾਂ ਦਾ ਘਰ ਸੀ 150-150। ਗੁੱਜਰ ਸਨ ਉਹ? ਗੁੱਜਰ ਸੀ, ਗੁੱਜਰ ਸੀ। ਤੇ ਪਿੰਡ ਤੇ ਹਮਲਾ ਹੋਇਆ ਸੀ, ਕੀ ਹੋਇਆ ਜਦੋਂ 47 ਬਣਿਆ? ਹਾਂ, ਹਮਲਾ ਹੀ ਹੋਇਆ ਸੀ। ਹਮਲਾ ਹੋਇਆ? ਅੱਛਾ। ਫਿਰ ਪੁਲਿਸ ਆ ਗਈ, ਉਹਨਾਂ ਨੂੰ ਫੜ ਕੇ ਲੈ ਗਈ ਜਿਹੜੇ ਹਮਲਾ ਕਰਨ ਆਏ ਸਨ। ਹਮਲਾ ਕਰਨ ਆਏ? ਕੋਈ ਮਾਰਿਆ ਵੀ ਗਿਆ ਇੱਥੇ ਲੜਾਈ ਚ? ਨਹੀਂ, ਮਰਿਆ ਨਹੀਂ। ਮਰੇ ਨਹੀਂ, ਲੜਾਈ ਹੋਈ ਉਂਝ? ਜ਼ਖਮੀ ਹੋਏ? ਹਾਂਜੀ, ਜ਼ਖਮੀ ਹੋਏ, ਜ਼ਖਮੀ ਨਹੀਂ ਸੀ ਹੋਇਆ ਕੋਈ। ਉਹਦੇ ਪੁਲਿਸ ਲੈ ਗਈ ਫੜ ਕੇ ਗੱਡੀਆਂ ਚ ਪਾ ਕੇ। ਹਾਂਜੀ, ਲੜਾਈ ਹਟਾ ਦਿੱਤੀ? ਲੜਾਈ ਹਟਾ ਤੀ ਪੁਲਿਸ ਨੇ? ਲੜਾਈ ਹਟਾ ਤੀ। ਫਿਰ ਬਣੇ ਹਿੰਦੁਸਤਾਨ ਤੇ ਪਾਕਿਸਤਾਨ। ਮਸੀਤ ਹੈ ਸੀ ਪਿੰਡ ਚ? ਹਾਂ, ਮਸੀਤ ਹੈਗੀ ਹੈਗੀ ਸੀ, ਹੁਣ ਹੈ ਨੀ?
ਹੁਣ ਤਾਂ ਢਾਹ ਦਿੱਤੀ ਹੋ ਗਈ, ਗੁਰਦੁਆਰਾ ਬਣ ਗਿਆ, ਗੁਰਦੁਆਰਾ ਬਣ ਗਿਆ। ਤੇ ਪੱਕੇ ਘਰ ਹੈ ਸੀ ਕਿਸੇ ਦਾ ਉਦੋਂ? ਪੱਕਾ ਘਰ ਹੈ ਨਹੀਂ ਸੀ, ਛੰਨਾ ਹੁੰਦੀਆਂ, ਛੰਨਾ ਹੀ ਹੁੰਦੀਆਂ ਸੀ, ਕੱਖਾਂ ਦੀਆਂ, ਕੱਖਾਂ ਦੀਆਂ। ਅੱਛਾ ਅੱਛਾ। ਤੇ ਪੱਕੀਆਂ ਕਿਸੇ ਕੱਚੇ ਭਿੱਸ ਕੁੱਟਦੇ ਹੁੰਦੇ ਸੀ, ਏਦਾਂ ਫੱਟੇ ਲਾ ਕੇ, ਫੱਟੇ ਲਾ ਕੇ ਭਿੱਸ ਕੁੱਟਣੇ, ਤੇ ਕੱਚੇ ਮਕਾਨ ਹੁੰਦੇ ਸੀ। ਅੱਛਾ ਜੀ। ਕੱਚੇ ਹੀ ਸਨ ਇੱਥੇ, ਤੇ ਸੜਕਾਂ ਵੀ ਕੱਚੀਆਂ ਪਏ ਸਨ। ਤੇ ਜ਼ਮੀਨ ਕਿਹੋ ਜਿਹੀ ਸੀ ਇੱਥੇ? ਜ਼ਮੀਨ ਜ਼ਮੀਨ ਤਾਂ ਕਾਫੀ ਸੀਗੀ। ਜ਼ਮੀਨ ਕਿਹੋ ਜਿਹੀ? ਬਰਾਨੀ ਸੀ ਸਾਰੀ? ਬਰਾਨੀ ਸੀ। ਪਾਣੀ ਨੀ ਲੱਗਦਾ? ਪਾਣੀ ਨੀ ਲੱਗਦਾ, ਪਾਣੀ ਹੁਣ ਵੀ ਨੀ ਲੱਗਦਾ। ਪਾਣੀ ਉਦੋਂ ਵੀ ਨੀ ਲੱਗਦਾ, ਪਾਣੀ ਹੁਣ ਵੀ ਨੀ ਲੱਗਦਾ। ਹੁਣ ਤਾਂ ਡੈਮ ਦਾ ਲੱਗਦਾ ਨਾ? ਹੁਣ ਡੈਮ ਜਾ ਲੱਗਦਾ, ਕਿਤੇ ਕਿਤੇ ਲੱਗਦਾ ਡੈਮ ਦਾ। ਡੈਮ ਜਾ ਠੀਕ ਹੈ। ਸਾਲ ਦਾ ਦੋ ਵਾਰ ਜਿੰਦੇ ਉਹ ਘੱਟ ਹੀ ਦਿੰਦੇ ਆ। ਅੰਬਾਂ ਦੇ ਬਾਗ ਹੈ ਸਨ ਇੱਥੇ? ਅੰਬਾਂ ਦੇ ਬਾਗ ਹੁੰਦੇ ਸਨ? ਹਾਂ, ਅੰਬਾਂ ਦੇ ਬਾਗ ਸੀ। ਮੁਸਲਮਾਨਾਂ ਦੇ ਸਨ? ਠੀਕ ਹੈ। ਕੀ ਸੁਣਿਆ ਸੀ ਪੁਰਾਣੇ ਬਜ਼ੁਰਗਾਂ ਕੋਲ ਪਿੰਡ ਬਾਰੇ ਤੁਸੀਂ? ਕੀ ਸੁਣਿਆ ਸੀ ਪੁਰਾਣੇ ਬਜ਼ੁਰਗਾਂ ਕੋਲੋਂ ਪਿੰਡ ਦੀਆਂ ਗੱਲਾਂ? ਪਿੰਡ ਦੀਆਂ ਗੱਲਾਂ ਇਹ ਕਰਦੇ ਰਹਿਣਾ ਬੈਠ ਕੇ, ਚਲੋ ਹੁੱਕੇ ਤਰ ਹੁੱਕੇ ਹੁੰਦੇ ਸੀ ਰੱਖੇ ਵਾਲੋ ਨੇ, ਉਹ ਫਿਰ ਤਰ ਲੈਣੇ, ਚਲੋ ਪਿੰਡੇ ਰਹਿਣਾ, ਫਿਰ ਗੱਪਾ ਛੱਪਾ ਮਾਰਦੇ ਰਹਿਣਾ ਬੁੜਿਆ ਨਾ। ਆਪੋ ਕਿੱਥੇ ਬਹਿੰਦੇ ਸਨ ਬੁੱਢੇ? ਕਿੱਥੇ ਬਹਿੰਦੇ ਸਨ ਹੁੱਕੇ ਲੈ ਕੇ? ਉੱਥੇ ਇੱਕ ਹੁੰਦਾ ਸੀ ਚੌਂਕ ਜਿਹਾ, ਉੱਥੇ ਬਹਿ ਜਾਣਾ, ਉਹਦੇ ਪਾਸੀਆਂ ਬਹੁਤ ਪਾਸੇ ਹੁੰਦੇ ਸੀ ਬੁੜੀਆਂ, ਗੋਟੇ ਕਿੱਥੇ ਲਾਉਂਦੇ ਸੀ? ਉਹ ਖੂਹ ਦੇ ਕੋਲ? ਹਾਂਜੀ, ਖੂਹ ਦੇ ਕੋਲ ਦਾ ਰਾਹ। ਠੀਕ ਹੈ। ਹੋਰ ਪੁਰਾਣੀ ਗੱਲ ਯਾਦ ਨਹੀਂ ਹੈ ਤੁਹਾਨੂੰ? ਠੀਕ ਹੈ, ਚਲੋ ਠੀਕ ਹੈ ਬਾਬੂ ਜੀ, ਠੀਕ ਹੈ ਫਿਰ।